ਚੜ੍ਹਦੀ ਸਵੇਰ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰਦੇ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ। ਜਦ ਪਤਾ ਲੱਗਾ ਕਿ ਮਨੀਲਾ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਦੇ ਪੁੱਤ ਦੀ ਹੱਤਿਆ ਕਰ ਦਿੱਤੀ ਗਈ ਹੈ। ਪਰਿਵਾਰ ਤਿਆਰੀਆਂ ਨੂੰ ਲੈ ਕੇ ਪੱਬਾਂ ਭਾਰ ਫਿਰ ਰਿਹਾ ਸੀ ਜਦ ਕਿ ਦੂਜੇ ਪਾਸੇ ਇਹ ਪਾਣਾ ਵਰਤ ਗਿਆ। ਜਲੰਧਰ ਦੇ ਲੋਹੀਆਂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਮਨੀਲਾ ਦੇ ਚਾਓ ਇਲਾਕੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਉੱਥੇ ਪਰਿਵਾਰਕ ਮੈਂਬਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਰਿਵਾਰ ਵੱਲੋਂ ਰਣਜੀਤ ਰਾਣਾ ਦੇ ਫਰਵਰੀ ਵਿੱਚ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਕਾਤਲਾਂ ਨੇ ਇਹ ਦੁਖਦਾਈ ਪਾਣਾ ਵਰਤਾ ਦਿੱਤਾ। ਮਨੀਲਾ 'ਚ ਹੋਈ ਇਸ ਕਤਲ ਦੀ ਖਬਰ ਸੁਣਦੇ ਸਾਰ ਹੀ ਉਹਨਾਂ ਦੇ ਜੱਦੀ ਕਸਬੇ ਲੋਹੀਆਂ ਖਾਸ ਉਹਨਾਂ ਦੇ ਘਰ ਵਿੱਚ ਮਾਤਮ ਛਾ ਗਿਆ ਹੈ। ਮੇਰਾ ਨਾਮ ਯੋਗਾ ਸਿੰਘ ਡੋਲ ਹੈ ਜੀ, ਮੈਂ ਲੋਹੀਆਂ ਰਹਿਣ ਵਾਲਾ ਹਾਂ। ਮੇਰਾ ਭਤੀਜਾ 2018 ਤੋਂ ਮਨੀਲਾ ਵਿੱਚ ਰਹਿੰਦਾ ਸੀ, ਉੱਥੋਂ ਦੇ ਸ਼ਹਿਰ ਸਨ ਪਬਲੋ ਵਿੱਚ ਰਿਹਾਇਸ਼ ਸੀਗੀ ਅਤੇ ਚੌ ਕਸਬੇ ਵਿੱਚ ਕੰਮ ਕਰਦੇ ਸੀ। ਰੋਜ਼ਾਨਾ ਦੀ ਤਰ੍ਹਾਂ ਜਦੋਂ ਕੱਲ੍ਹ ਵੀ ਕੰਮ ਕਰਨ ਗਿਆ ਅਤੇ ਦੁਕਾਨ ਦੇ ਬਾਹਰ ਖੜ੍ਹਾ ਸੀ ਆਪਣੀ ਦਵਾਈ ਲੈਣ ਵਾਸਤੇ, ਅਤੇ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਹਲਾ ਕਰ ਦਿੱਤਾ ਜੀ। ਇਹ ਖਬਰ ਸਾਨੂੰ ਫੋਨ 'ਤੇ ਮਿਲੀ ਅਤੇ ਜਿਹਦੇ ਕਰਕੇ ਸਾਨੂੰ ਬੜਾ ਦੁੱਖ ਹੋਇਆ। ਇਸ ਕਰਕੇ 33 ਸਾਲ ਦੀ ਉਮਰ ਸੀ। ਕੰਮ ਉੱਥੇ ਫਾਈਨਾਂਸ ਦਾ ਹੀ ਕਰਦੇ ਸਾਰੇ ਪੰਜਾਬੀ ਲੋਕ। ਹਾਂਜੀ, ਵਿਆਹ ਉਹਨਾਂ ਰੱਖਿਆ ਹੋਇਆ ਸੀਗਾ ਜੀ ਫਰਵਰੀ 'ਚ, ਫਰਵਰੀ ਦੇ ਐਂਡ 'ਚ ਵਿਆਹ ਸੀ, ਪਰ ਸਾਰਾ ਇਹ ਜੋ ਖੁਸ਼ੀ ਸੀ ਮਾਤਮ ਵਿੱਚ ਛਾ ਗਈ ਹੈ ਜੀ। ਸਾਡੇ ਇੱਥੇ 2018 ਵਿੱਚ ਗਿਆ ਸੀ ਵੈਸੇ ਸਾਰਾ ਪਰਿਵਾਰ ਉੱਥੇ ਹੀ ਹੈ ਜੀ। ਹਾਂਜੀ, ਸਾਰਾ ਪਰਿਵਾਰ ਉੱਧਰ ਹੀ ਹੈ ਜੀ। ਅਤੇ ਕੋਈ ਬੋਡੀ ਲਿਆਉਣ ਦੀ ਮੰਗ ਕਰਨੀ ਚਾਹੁੰਦੇ ਹੋ? ਨਹੀਂ ਜੀ, ਉੱਧਰ ਪਰਿਵਾਰ ਉੱਧਰ ਹੀ ਆ, ਸਾਰਾ ਸੰਸਕਾਰ ਉੱਧਰ ਹੀ ਹੋ ਜਾਣਾ ਜੀ। ਦਿਵਾਲੀ ਤੋਂ ਪਹਿਲਾਂ ਆਇਆ ਸੀ, ਦਿਵਾਲੀ ਤੋਂ 2 ਦਿਨ ਪਹਿਲਾਂ ਚਲਾ ਗਿਆ ਇੱਥੋਂ, ਕਹਿੰਦਾ ਸੀ ਮਹੀਨੇ ਬਾਅਦ ਵਾਪਸ ਆਊਂਗਾ, ਪਰ ਪਤਾ ਨਹੀਂ ਸੀ। ਮਿਹਨਤ ਮੇਰੀ ਰਹਿਮਤ ਖੁਦਾ ਦੀ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਚਾਹ ਲੋਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਅਮਨਜੀਤ ਸਮਰਾਟ 98728-0153।